ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂ ਐੱਸ ਏ ਟਾਈਮਸ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ, ਅੱਜ 12 ਜਨਵਰੀ ਦਿਨ ਸ਼ੁੱਕਰਵਾਰ ਨੂੰ ਤੁਹਾਡੇ ਨਾਲ ਅੱਜ ਦੇ ਦਿਨ ਦੇ ਉੱਤੇ ਕੁਛ ਗੱਲਾਂ ਬਾਤਾਂ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ ਠੰਡ ਦੇ ਨਾਲ ਬੁਰਾ ਹਾਲ, ਲਗਭਗ ਸਾਰੀਆਂ ਸਟੇਟਾਂ ਦੇ ਵਿੱਚ ਹੀ ਇਹਦਾ ਅਸਰ ਪਿਆ, ਇਹ ਗੱਲਬਾਤ ਤੁਹਾਡੇ ਨਾਲ ਕਰਨੀ ਹੈ। ਫਲੋਰੀਡਾ ਦੇ ਸਕੂਲਾਂ ਦੇ ਵਿੱਚੋਂ ਕੁਛ ਕਿਤਾਬਾਂ ਹਟਾਈਆਂ ਜਾ ਰਹੀਆਂ, ਬੜੇ ਲੰਬੇ ਸਮੇਂ ਦਾ ਇਹ ਮਾਮਲਾ ਆ, ਇਹ ਤੁਹਾਡੇ ਨਾਲ ਸਾਂਝਾ ਕਰਨਾ। ਡੋਨਲਡ ਟਰੰਪ ਦੇ ਨਿਊਯਾਰਕ ਕੇਸ ਬਾਰੇ ਇਸ ਵੇਲੇ ਕੀ ਅਪਡੇਟ ਆਈ ਆ ਉਹ ਸਾਂਝੀ ਕਰਾਂਗੇ। ਕੱਪੜੇ ਧੋਣ ਵਾਲੀ ਜਿਹੜੀਆਂ ਸ਼ੀਟਾਂ ਹੁੰਦੀਆਂ, ਡਿਟਰਜੈਂਟ ਸ਼ੀਟਸ ਆ ਰਹੀਆਂ, ਉਹਨਾਂ ਦੇ ਵਿੱਚ ਪਲਾਸਟਿਕ ਆ, ਇਹ ਇੱਕ ਨਵਾਂ ਮਾਮਲਾ ਸਾਹਮਣੇ ਆਇਆ। ਅਤੇ ਫੈਡਰਲ ਫੂਡ ਅਸਿਸਟੈਂਟ ਪ੍ਰੋਗਰਾਮ ਦੀ ਬਾਰੇ ਵੀ ਚਰਚਾ ਕਰਨੀ ਹੈ, ਜਿਹਦੇ ਨਾਲ ਰਿਪਬਲਿਕਨ ਸਟੇਟਾਂ ਦੇ ਵਿੱਚ ਜਿਹੜੇ ਕਈ ਹਜ਼ਾਰਾਂ ਬੱਚੇ, ਲੱਖਾਂ ਬੱਚੇ ਨੇ ਜਿਹੜੇ ਉਹ ਵਾਂਝੇ ਹੋ ਰਹੇ ਆ ਇਸ ਪ੍ਰੋਗਰਾਮ ਤੋਂ, ਇਹਦੇ ਬਾਰੇ ਵੀ ਗੱਲਬਾਤ ਕਰਨੀ ਹੈ। ਠੰਡ ਇਸ ਵੇਲੇ ਬਹੁਤ ਪੈ ਰਹੀ ਹੈ, ਆਪਾਂ ਜਿੱਦਾਂ ਦੇਖ ਹੀ ਰਹੇ ਹਾਂ, ਔਰ ਆਹ ਵੀਕਐਂਡ ਲੌਂਗ ਵੀਕਐਂਡ ਆ, ਸੋਮਵਾਰ ਛੁੱਟੀ ਆ, ਅਤੇ ਉਹਦੇ ਲਈ ਵੀ ਇਸ ਵੇਲੇ ਪੂਰੇ ਅਮੈਰੀਕਾ ਦੇ ਵਿੱਚ ਚੰਗੀ ਗੱਲ ਇਹ ਆ ਵੀ ਵੀਕਐਂਡ ਦੇ ਉੱਤੇ ਹੀ ਜ਼ਿਆਦਾ ਪੈ ਰਹੀ, ਪਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਹਦਾ ਕੰਮਾਂ ਕਾਰਾਂ ਦੇ ਉੱਤੇ ਜਿਹੜੇ ਲੋਕ ਜਾ ਰਹੇ ਆ, ਟ੍ਰੈਫਿਕ ਅਤੇ ਹੋਰ ਪ੍ਰੋਬਲਮਸ ਉਹਦੇ ਨਾਲ ਹੀ ਆ ਰਹੀਆਂ। ਜਿਹੜਾ ਲਗਭਗ 50 ਦੇ ਵਿੱਚੋਂ ਦੇਖਿਆ ਜਾਵੇ ਤਾਂ 48 ਸਟੇਟਾਂ ਦੇ ਵਿੱਚ ਹਾਲਤ ਮਾੜੀ ਆ, ਅਤੇ ਜਿਹੜੀ ਠੰਡ ਆ ਇਹਨੇ ਸੈਂਕੜੇ ਰਿਕਾਰਡ ਇਸ ਵੇਲੇ ਆ ਵੀਕਐਂਡ ਦੇ ਉੱਤੇ ਟੁੱਟਣ ਜਾ ਰਹੇ ਆ, ਔਰ ਆ ਹੁਣ ਅੱਜ ਸ਼ੁੱਕਰਵਾਰ ਨੂੰ ਹੀ ਦੱਸ ਰਹੇ ਆ ਕਿ ਜਿੰਨੀ ਜ਼ਿਆਦਾ ਠੰਡ ਪਈ ਆ, ਅਤੇ ਉਹਦੇ ਨਾਲ ਇੱਕ ਹੋਰ ਪੂਰੇ ਨੇਸ਼ਨ ਦੇ ਵਿੱਚ ਹੀ ਜਿਹੜਾ ਬਲੌਕ ਬਸਟਰ ਸਟ੍ਰੋਮ ਆ ਉਹ ਆ ਰਿਹਾ ਆ, ਅਤੇ ਆਪਣਾ ਆਪਣਾ ਜਿਹੜਾ ਬਚਾਅ ਕਰਨਾ ਚਾਹੀਦਾ, ਉਹਦਾ ਅਸਰ ਬਹੁਤ ਵੱਖ ਵੱਖ ਤਰੀਕਿਆਂ ਦੇ ਨਾਲ ਪੈ ਰਿਹਾ ਆ। ਪੂਰੇ ਦਾ ਪੂਰਾ ਜਿਹੜਾ ਆਰਕਟਿਕ ਬਲਾਸਟ ਕਿਹਾ ਜਾ ਰਿਹਾ ਇਹਨੂੰ, ਸਭ ਤੋਂ ਵੱਡਾ ਨੈਗੇਟਿਵ ਟੈਂਪਰੇਚਰ ਜਿਹੜਾ ਵੈਸਟਰਨ ਅਤੇ ਸੈਂਟਰਲ ਯੂਨਾਈਟਿਡ ਸਟੇਟਸ ਦੇ ਹਿੱਸਿਆਂ ਦੇ ਵਿੱਚ ਕੁਛ ਪਲੇਸਿਸ ਦੇ ਵਿੱਚ 60 ਡਿਗਰੀ ਨੋਰਮਲ ਤੋਂ ਥੱਲੇ ਤਾਪਮਾਨ ਦੱਸਿਆ ਜਾ ਰਿਹਾ, ਅਤੇ ਇਹ ਇੱਕ ਜਿਹੜਾ ਇਸ ਵੇਲੇ ਤੁਹਾਨੂੰ ਪਤਾ ਹੈ ਕਿ ICNFL ਪਲੇਆਫ ਗੇਮ ਜਿਹੜੀਆਂ ਵੀਕਐਂਡ ਦੇ ਉੱਤੇ ਆ, ਅਤੇ ਜਿਹੜਾ ਇਓਵਾ ਕੋਕਸਿਸ ਆ ਸੋਮਵਾਰ ਨੂੰ ਆ ਹੋਣਾ, ਅਤੇ ਉਹ ਟੈਕਸਸ ਦੇ ਵਿੱਚ ਜਿਹੜੇ ਪਾਵਰ ਗ੍ਰਿੱਡ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਹਦਾ ਅਸਰ ਪੈਣਾ। ਅੱਜ ਜਦੋਂ ਸਵੇਰ ਨੂੰ ਸੀਗਾ ਠੰਡ, ਉਹ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਪਹਿਲਾਂ ਹੀ ਵੈਸਟਰਨ ਅਤੇ ਸੈਂਟਰਲ ਯੂਨਾਈਟਿਡ ਸਟੇਟਸ ਦੇ ਵਿੱਚ ਪੈਣੀ ਸ਼ੁਰੂ ਹੋ ਚੁੱਕੀ ਸੀ। ਬਹੁਤ ਐਕਸਟ੍ਰੀਮ ਕੋਲਡ ਜਿਹੜਾ ਆਪਣੇ ਨਦਰਨ ਮੋਂਟਾਨਾ ਦੇ ਵਿੱਚ, ਅਤੇ ਜਿੱਥੇ ਜਿਹੜੀ ਬਹੁਤ ਜਿਹੜੀ ਆਹ -60 ਡਿਗਰੀ ਤੱਕ ਤਾਪਮਾਨ ਦੱਸਿਆ ਜਾ ਰਿਹਾ, ਜਿਹੜਾ ਐਕਚੁਅਲ ਏਅਰ ਟੈਂਪਰੇਚਰ ਜਿਹੜਾ ਦੱਸਿਆ ਜਾ ਰਿਹਾ -30 ਡਿਗਰੀ ਤੱਕ। ਸੋ ਏਅਰ ਟੈਂਪਰੇਚਰ ਇੱਕ ਡਿਜਿਟ ਤੱਕ ਰਹਿ ਜਾਣਾ ਅਤੇ ਉਹਦੇ ਤੋਂ ਥੱਲੇ ਚਲੇ ਜਾਣਾ, ਅਤੇ ਕੈਨਸਸ ਅਤੇ ਉਹਦੇ ਦੇ ਨਾਲ ਹੀ ਕੁਛ ਮਿਨਿਆਪਲਸ ਦੇ ਪਾਰਟਸ ਦੇ ਵਿੱਚ, ਇਹ ਦੱਸਿਆ ਜਾ ਰਿਹਾ ਕਿ ਜਿਹੜਾ ਵੀਕਐਂਡ ਆ ਬਹੁਤ ਜ਼ਿਆਦਾ ਠੰਡਾ ਆ। ਜਿਹੜੀ ਵਿੰਡ ਚਿਲਸ ਨੇ -40 ਡਿਗਰੀ ਫੋਰਕਾਸਟ ਕੀਤਾ ਗਿਆ ਇਹਦਾ ਰੌਕੀਜ਼ ਵੱਲ, ਅਤੇ ਜਿਹੜਾ ਇਹਦੇ ਨਾਲ ਜਿਹੜੀ ਤੁਹਾਡੀ ਥੋੜ੍ਹੀ ਜਿਹੀ ਚਮੜੀ ਜਿਹੜੀ ਐਕਸਪੋਜ਼ਡ ਆ, ਨੈਸ਼ਨਲ ਵੈਦਰ ਸਰਵਿਸਿਸ ਨੇ ਜਾਣਕਾਰੀ ਦਿੱਤੀ ਹੈ ਕਿ ਤੁਹਾਨੂੰ ਆਪਣਾ ਸਾਰਾ ਕੁਛ ਕਿੱਟ ਜਿਹੜੀ ਆ ਨਾਲ ਰੱਖਣੀ ਚਾਹੀਦੀ ਆ। 28 ਮਿਲੀਅਨ ਤੋਂ ਜ਼ਿਆਦਾ ਲੋਕ ਇਸ ਵੇਲੇ ਅੰਡਰ ਵਿੰਡ ਚਿਲ ਅਲਰਟ ਆ, ਜਿਹਨਾਂ ਨੂੰ ਅਲਰਟ ਜਾਰੀ ਕੀਤਾ ਗਿਆ। ਉੱਧਰੋਂ ਲਾ ਲਓ ਤੁਸੀਂ ਇੱਥੋਂ ਵਾਸ਼ਿੰਗਟਨ ਸਟੇਟ ਤੋਂ ਲੈ ਕੇ ਅਤੇ ਮਸੂਰੀ ਤੱਕ 28 ਮਿਲੀਅਨ ਲੋਕ ਮਤਲਬ ਇਸ ਅਲਰਟ ਦੇ ਥੱਲੇ ਦੱਸੇ ਜਾ ਰਹੇ ਆ। ਵੱਡਾ ਜਿਹੜਾ ਇੱਕ ਹਿੱਸਾ ਪਾਪੂਲੇਸ਼ਨ ਦਾ ਆ, ਘੱਟੋ ਘੱਟ 2 ਜਾਂ 3 ਦਿਨ ਇਸ ਵੀਅਰ ਕੋਲਡ ਇੱਥੇ ਰਹਿਣਾ ਆ, ਅਤੇ ਮਤਲਬ ਲੋਅ ਨਹੀਂ ਕਿਹਾ ਜਾ ਰਿਹਾ ਇਹਨੂੰ, ਟੈਂਪਰੇਚਰ ਡੇਂਜਰਸਲੀ ਲੋਅ ਕਿਹਾ ਜਾ ਰਿਹਾ ਵੀਕਐਂਡ ਅਤੇ ਅਰਲੀ ਨੈਕਸਟ ਵੀਕ ਦੇ ਉੱਤੇ, ਜਿਹਦੇ ਵਿੱਚ ਡੈਨਵਰ, ਡੈਸਮੋਨਿਸ਼, ਮਿਨਿਆਪਲਸ, ਸ਼ਿਕਾਗੋ, ਸੇਂਟ ਲੂਈਸ, ਓਕਲਾਹਾਮਾ ਅਤੇ ਡੈਲਸ ਇਸ ਖਾਸ ਤੌਰ ਦੇ ਉੱਤੇ ਜਿਹੜੇ ਦੱਸੇ ਜਾ ਰਹੇ ਆ ਲਾਈਫ ਥਰੈਟਨਿੰਗ। ਕੁਛ ਰੀਜਨਸ ਦੇ ਵਿੱਚ ਇਹ ਹੋ ਸਕਦਾ, ਕੁਛ ਥਾਵਾਂ ਦੇ ਉੱਤੇ
ਇਹ ਜਿਹੜਾ ਤਾਪਮਾਨ ਆ ਅਤੇ ਆਹ ਜਿਹੜਾ ਇਸ ਵੇਲੇ ਫੋਰਕਾਸਟ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ 55 ਮਿਲੀਅਨ ਅਮੈਰੀਕਨ ਜਿਹੜੇ ਆ ਉਹ ਬਲੋ 0 ਡਿਗਰੀ ਤੋਂ ਥੱਲੇ ਰਹਿਣਗੇ। ਅਤੇ ਇਹ ਜਿਹੜਾ ਇਸ ਮਤਲਬ ਮੈਗਨੀਟਿਊਡ ਦਾ ਤਾਪਮਾਨ ਆ ਉਹ ਬਹੁਤ ਵੱਡੀ ਪਾਪੂਲੇਸ਼ਨ ਦੇ ਉੱਤੇ ਅਸਰ ਪਾਰੂਗਾ। 2 ਜਾਂ 3 ਦਿਨ ਸਵੀਅਰ ਕੋਲਡ ਅਤੇ ਬਿਲੋ ਨੋਰਮਲ ਟੈਂਪਰੇਚਰ ਵੀਕਐਂਡ ਤੱਕ ਅਮੈਰੀਕਾ ਦੇ ਵੱਡੇ ਹਿੱਸਿਆਂ ਦੇ ਵਿੱਚ, ਅਤੇ ਜਿਹੜੀ ਇਹ ਠੰਡੀ ਹਵਾ ਆ ਇਹਦੇ ਨਾਲ ਵੀ ਕਾਫੀ ਜ਼ਿਆਦਾ ਫਰਕ ਪਿਆ। ਹੁਣ ਜਿਹੜਾ ਫੋਰਕਾਸਟ ਹੋਲਡ ਆ ਕੁਛ ਏਰੀਆਜ਼ ਦੇ ਵਿੱਚ ਅਤੇ 55 ਮਿਲੀਅਨ ਤੋਂ ਜ਼ਿਆਦਾ ਜਿਹੜੇ ਜਿਹੜੇ ਲੋਕ ਨੇ ਉੱਥੇ 0 ਡਿਗਰੀ ਤੋਂ ਥੱਲੇ ਤਾਪਮਾਨ, ਇਹ ਆਸ ਆ। ਅਤੇ ਦੱਸਿਆ ਜਾ ਰਿਹਾ ਕਿ ਤੁਹਾਨੂੰ ਘੱਟੋ ਘੱਟ ਆਪਣਾ ਜਿੰਨਾ ਖਿਆਲ ਰੱਖ ਸਕਦੇ ਹੋ ਉਨਾ ਖਿਆਲ ਰੱਖਣਾ ਚਾਹੀਦਾ। 1888 ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰੀ ਦੱਸਿਆ ਜਾ ਰਿਹਾ ਕਿ ਇੰਨਾ ਥੱਲੇ ਟੈਂਪਰੇਚਰ ਇੰਨੇ ਵੱਡੇ ਏਰੀਏ ਦੇ ਵਿੱਚ ਆਇਆ ਹੋਵੇ। ਹੁਣ ਜਦੋਂ ਰਿਪੋਰਟਸ ਇਹਦੇ ਤੋਂ ਬਾਅਦ ਆ, ਸੋਮਵਾਰ ਨੂੰ ਲੌਂਗ ਵੀਕਐਂਡ ਤੋਂ ਬਾਅਦ ਕੁਛ ਆਉਣਗੀਆਂ ਤਾਂ ਉਹਦੇ ਤੋਂ ਬਾਅਦ ਇਹ ਗੱਲਾਂ ਬਾਤਾਂ ਪਤਾ ਲੱਗਣਗੀਆਂ ਅਸਲ ਦੇ ਵਿੱਚ ਕਿ ਕਿਹੜੇ ਇਲਾਕੇ ਦੇ ਵਿੱਚ ਕਿੰਨਾ ਤਾਪਮਾਨ ਥੱਲੇ ਗਿਆ। ਪਰ ਦੱਸ ਰਹੇ ਆ ਕਿ ਇੰਨਾ ਤਾਪਮਾਨ ਪਹਿਲਾਂ ਕਦੇ ਜਿਹੜਾ ਨਹੀਂ ਦੱਸਿਆ ਗਿਆ ਸੀ। ਓਕਲਾਹਾਮਾ ਸਿਟੀ ਆ, ਇੱਥੇ -2 ਡਿਗਰੀ ਤੱਕ ਦੱਸਿਆ ਗਿਆ ਟਿਊਜ਼ਡੇ ਮੋਰਨਿੰਗ ਤੱਕ, ਅਤੇ ਇਸੇ ਤਰ੍ਹਾਂ 0 ਡਿਗਰੀ ਜਿਹੜੀ ਲਾਈਨ ਪ੍ਰੋਬੇਬਲੀ ਆ ਉਹ ਪੂਰੇ ਨੌਰਥਨ ਨਰਦਨ ਜਿਹੜੇ ਇਹ ਐਨਕਾਸਿਸ ਅਤੇ ਜਿਹੜਾ ਇੰਡੀਆ ਪਲੱਸ ਦੇ ਵੱਲੋਂ ਸਾਰੇ ਪਾਸੇ ਇਸ ਤਰ੍ਹਾਂ ਦੇ ਰਹਿਣ ਦੀ ਆਸ ਦੱਸੀ ਜਾ ਰਹੀ ਹੈ। ਸੋ ਇਸ ਵੇਲੇ ਵੈਦਰ ਅਲਰਟ ਵੱਡੇ ਹਿੱਸੇ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ, ਔਰ ਤੁਹਾਨੂੰ ਪਤਾ ਕਿ ਪੋਲੀਟੀਕਲ ਈਵੈਂਟ ਸੀ ਹੋਊਗਾ, ਕੋਕਸਿਸ ਇੰਟੈਂਸ ਚਿੱਲ ਫੀਲ ਹੋਊਗਾ ਇਸ ਵੇਲੇ। ਆ ਲੌਂਗ ਲੰਬੇ ਸਮੇਂ ਤੋਂ ਇਹ ਉਡੀਕ ਕੀਤੀ ਜਾ ਰਹੀ ਸੀ ਕਿ 2024 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਸੋਮਵਾਰ ਨੂੰ, ਜਿਹਦੇ ਵਿੱਚ ਇਹ ਕੋਕਸਿਸ ਨੇ ਓਵਾ ਦੇ ਵਿੱਚ ਫੈਸਲਾ ਕਰਨਾ ਆ, ਅਤੇ ਹੁਣ ਉੱਥੇ ਹੀ ਉਸ ਵੇਲੇ ਇੱਕ ਰਾਜਨੀਤਿਕ ਗਰਮੀ ਆ ਅਤੇ ਦੂਜੇ ਪਾਸੇ ਇੰਨੀ ਠੰਡ ਆ, ਅਤੇ ਇਹ ਵੀ ਇਹਦੇ ਉੱਤੇ ਵੀ ਜਿਹੜੀ ਅੱਖ ਹੈਗੀ ਆ ਕਿ ਜਿਵੇਂ ਕੁਛ ਇਲਾਕੇ ਨੇ ਉੱਥੇ ਟੈਂਪਰੇਚਰ ਜ਼ਿਆਦਾ ਥੱਲੇ ਚਲੇ ਗਿਆ। ਗ੍ਰੇਟ ਫਾਲਸ ਦੇ ਵਿੱਚ ਸੈਟਰਡੇ ਇਹ -36 ਡਿਗਰੀ ਤੱਕ ਦੱਸਿਆ ਜਾ ਰਿਹਾ। ਸੀਓਕ ਸਿਟੀ ਇਓਵਾ ਦੇ ਵਿੱਚ -20 ਡਿਗਰੀ ਦੱਸਿਆ ਜਾ ਰਿਹਾ। ਜਿਹੜਾ ਬਰਲਿੰਗਟਨ ਦੇ ਵਿੱਚ ਇਹ -14 ਡਿਗਰੀ ਦੱਸਿਆ ਜਾ ਰਿਹਾ। ਫਰੈਗੋ ਦੇ ਵਿੱਚ -10 ਡਿਗਰੀ, ਕੈਂਸਸ ਦੇ ਵਿੱਚ -10 ਡਿਗਰੀ, ਮਿਨਿਆਪਲਸ ਦੇ ਵਿੱਚ -11 ਡਿਗਰੀ, ਸ਼ਿਕਾਗੋ ਦੇ ਵਿੱਚ -6 ਡਿਗਰੀ, ਡੈਨਵਰ ਦੇ ਵਿੱਚ -8 ਡਿਗਰੀ, ਸੇਂਟ ਲੂਇਸ ਦੇ ਵਿੱਚ 0 ਡਿਗਰੀ, ਡੈਲਸ ਦੇ ਵਿੱਚ 11 ਡਿਗਰੀ, ਅਤੇ ਜਿਹੜਾ ਹਿਊਸਟਨ ਆ ਉੱਥੇ 21 ਡਿਗਰੀ ਤੱਕ ਜਿਹੜਾ ਲੋ ਟੈਂਪਰੇਚਰ ਦੱਸਿਆ ਜਾ ਰਿਹਾ ਆ। ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਤਾਪਮਾਨ ਜਿਹੜੇ ਇਹਦੇ ਵਿੱਚ ਗਿਰਾਵਟ ਦੱਸੀ ਗਈ ਹੈ, ਅਤੇ ਲੋਕਾਂ ਨੂੰ ਜਿਹੜੀ ਚੇਤਾਵਨੀ ਦਿੱਤੀ ਗਈ ਇਹਨਾਂ ਇਲਾਕਿਆਂ ਦੇ ਵਿੱਚ ਕਿ ਤੁਹਾਨੂੰ ਥੋੜ੍ਹਾ ਜਿਹਾ ਬਚਾਅ ਆਪਣਾ ਜਿੰਨਾ ਕੁ ਰੱਖ ਸਕਦੇ ਹੋ ਰੱਖਣਾ ਚਾਹੀਦਾ, ਅਤੇ ਜਿੱਥੇ ਜ਼ਰੂਰੀ ਨਹੀਂ ਹੈ ਉੱਥੇ ਬਾਹਰ ਨਹੀਂ ਨਿਕਲਣਾ ਚਾਹੀਦਾ। ਅਗਲੀ ਗੱਲਬਾਤ ਦੋਸਤੋ ਫਲੋਰੀਡਾ ਦੇ ਸਕੂਲ ਡਿਸਟ੍ਰਿਕਟਸ ਦੀ ਆ। ਪਹਿਲਾਂ ਇਹਦੇ ਵਿੱਚ ਇੱਕ ਨਿਯਮ ਪਿੱਛੇ ਜੇ ਆਇਆ ਹੈ, ਅਤੇ ਨਿਯਮ ਦੇ ਤਹਿਤ ਜਿਹੜਾ 23 ਦਾ ਇੱਕ ਸਟੇਟ ਲਾਅ ਬਣਿਆ ਆ, ਸੈਕਸੂਅਲ ਕੰਡਕਟ ਜਿਹੜੀਆਂ ਕਿਤਾਬਾਂ, ਜਿਹੜੀਆਂ ਡਿਕਸ਼ਨਰੀ, ਜਿਹੜੀਆਂ ਥਾਵਾਂ ਦੇ ਉੱਤੇ ਵੀ ਹੈਗਾ ਉਹ ਕਹਿੰਦੇ ਸਕੂਲਾਂ ਦੇ ਵਿੱਚੋਂ ਚੱਕ ਦਿਓ। 1000 ਕਿਤਾਬਾਂ ਰਿਵਿਊ ਹੋ ਰਹੀਆਂ, ਡਿਕਸ਼ਨਰੀਜ਼ ਰਿਮੂਵ ਕੀਤੀਆਂ ਜਾ ਰਹੀਆਂ ਲਾਇਬ੍ਰੇਰੀ ਦੀ ਸ਼ੈਲਫਸ ਦੇ ਵਿੱਚ ਫਲੋਰੀਡਾ ਸਕੂਲ ਡਿਸਟ੍ਰਿਕਟਸ ਦੇ ਵਿੱਚ। ਪਿਛਲੇ ਸਾਲ ਜਿਹੜੀ ਕਿ ਇੱਕ ਇਨਵੈਸਟੀਗੇਸ਼ਨ ਕੀਤੀ ਜਾਣੀ ਹੈ, 1600 ਤੋਂ ਜ਼ਿਆਦਾ ਟਾਈਟਲਸ ਜਿਹੜੇ ਮੈਂਸ਼ਨ ਕੀਤੇ ਗਏ ਆ ਸੈਕਸੁਅਲ ਕੰਡਕਟ ਦੇ ਵਿੱਚ, ਅਤੇ ਇਹ ਹੁਣ ਜਿਹੜਾ ਸਟੇਟ ਲਾਅ ਨੂੰ ਵਾਇਲੇਟ ਹੋ ਸਕਦਾ, ਨਹੀਂ ਤਾਂ 2023 ਵਾਲਾ। ਹੁਣ ਵੈਬਸਟਰ ਡਿਕਸ਼ਨਰੀ ਅਤੇ ਜਿਹੜਾ
ਮੈਰੀਅਮ ਵੈਬਸਟਰ ਐਲੀਮੈਂਟਰੀ ਡਿਕਸ਼ਨਰੀ, ਜਿਹੜੀਆਂ ਡਿਕਸ਼ਨਰੀਜ਼ ਨੇ ਖਾਸ ਤੌਰ ਦੇ ਉੱਤੇ, ਅਮੈਰੀਕਨ ਹੈਰੀਟੇਜ ਚਿਲਡਰਨਸ ਡਿਕਸ਼ਨਰੀ ਅਤੇ ਦੂਜੇ ਜਿਹੜੇ ਹੋਰ ਟਾਈਟਲ ਨੇ, ਉਹ ਸਾਰੇ ਪੁੱਲ ਕੀਤੇ ਗਏ ਆ ਸਕੂਲਾਂ ਦੇ ਵਿੱਚ ਇਸਕੈਂਬੀਆ ਕਾਊਂਟੀ ਦੇ ਵਿੱਚ, ਫਲੋਰੀਡਾ ਦੇ ਵਿੱਚ। ਸੋ ਇਸਕੈਂਬੀਆ ਕਾਊਂਟੀ ਦੇ ਵਿੱਚ ਖਾਸ ਤੌਰ ਦੇ ਉੱਤੇ ਇਹਨੂੰ ਟਾਰਗੇਟ ਕੀਤਾ ਜਾ ਰਿਹਾ। ਅਫੀਸ਼ੀਅਲਸ ਜਿਹੜੇ ਆ, ਬੁੱਕਸ ਉਹਨਾਂ ਦੇ ਕੋਲ ਆ ਰਹੀਆਂ ਆ, ਅਤੇ ਉਹੀ ਜਿਹੜੀਆਂ ਲਾਅ ਆ, ਜਿਹੜੇ ਮਟੀਰੀਅਲ ਕੁਛ ਸੈਕਸੁਅਲ ਕੰਟੈਂਟ ਦੇ ਉੱਤੇ, ਕਿਉਂਕਿ ਜਦੋਂ ਦਾ ਇਹ ਰੌਲਾ ਪਿਆ ਸੈਕਸ ਚੇਂਜ ਅਤੇ ਇਹ ਉਹ ਸਾਰਾ ਕੁਛ, ਉਹਦੇ ਤੋਂ ਬਾਅਦ ਫਿਰ ਕਿਤਾਬਾਂ ਨੂੰ ਟਾਰਗੇਟ ਕੀਤਾ ਗਿਆ ਵੀ ਕਿਹੜੀਆਂ ਕਿਹੜੀਆਂ ਕਿਤਾਬਾਂ ਆ ਜਿਹੜੀਆਂ ਅਪਰੋਪਰੀਏਟ ਨਹੀਂ ਆ, ਖਾਸ ਕਰ ਛੋਟੇ ਬੱਚਿਆਂ ਦੇ ਲਈ, ਅਤੇ ਉਹਨਾਂ ਨੂੰ ਸਕੂਲਾਂ ਦੀ ਲਾਇਬ੍ਰੇਰੀ ਦੇ ਵਿੱਚੋਂ ਕੱਢ ਦਿੱਤਾ ਜਾਵੇ, ਅਤੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲੀ ਆ। ਇਨਵੈਸਟੀਗੇਸ਼ਨ ਜਿਹੜੀ ਵਰਲਡ ਬੁੱਕ ਐਨਸਾਈਕਲੋਪੀਡੀਆ ਆਫ ਪੀਪਲ ਐਂਡ ਪਲੇਸਿਸ ਜਿਹੜੀ, ਅਤੇ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਬੁੱਕਸ ਹੈਗੀਆਂ ਆ, ਮਾਇਥੋਲੋਜੀ, ਸਾਇੰਸ ਮਾਇਥੋਲੋਜੀ ਐਂਡ ਬਾਈਬਲ, ਜਿਹੜੀਆਂ ਕੁਛ ਇੱਕ ਲਿਸਟ ਪਬਲਿਸ਼ ਕੀਤੀ ਗਈ ਆ ਸਕੂਲ ਡਿਸਟ੍ਰਿਕਟ ਦੇ ਵਿੱਚ, ਇਹਦੀ ਸਰਕੂਲੇਟ ਕੀਤੀ ਗਈ ਆ ਵੀਕ ਦੇ ਵਿੱਚ PEN ਅਮੈਰੀਕਾ ਦੇ ਵਿੱਚ, ਜਿਹੜਾ ਸਪੀਚ ਗਰੁੱਪ, ਫਰੀ ਸਪੀਚ ਗਰੁੱਪ ਆ, ਅਤੇ ਜਿਹਨੇ ਸਕੂਲ ਬੋਰਡ ਨੂੰ ਸੂ ਕੀਤਾ ਆ ਇਹਨਾਂ ਬੁੱਕਸ ਨੂੰ ਰਿਮੂਵ ਕਰਨ ਦੇ ਮਾਮਲੇ ਦੇ ਵਿੱਚ। ਜਿਹੜੀਆਂ ਡਿਕਸ਼ਨਰੀਜ਼ ਜਿਹੜੀਆਂ ਰਿਵਿਊ ਪ੍ਰੋਸੈਸ ਦੇ ਵਿੱਚ ਇਨਕਲੂਡ ਕੀਤੀਆਂ ਗਈਆਂ ਆ ਸੈਕਸੁਅਲ ਕੰਡਕਟ ਕ੍ਰਾਈਟੀਰੀਆ ਦੀ ਲੈ ਕੇ, ਅਤੇ ਉਹ ਦੱਸਦੀਆਂ ਆ ਕਿ ਕਿੱਦਾਂ ਜਿਹੜੇ ਸਟੇਟ ਦੇ ਨਵੇਂ ਰੂਲ ਆ ਉਹ ਕੀ ਕਹਿੰਦੇ ਆ, ਅਤੇ ਇਹਦੇ ਨਾਲ ਕਿਸ ਤਰੀਕੇ ਦੇ ਨਾਲ ਸਿੱਝਿਆ ਜਾਣਾ, ਅਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹੋ ਕੀ ਰਿਹਾ। ਮਤਲਬ ਕਿਆ ਇੱਕ ਧਿਰ ਕਹਿੰਦੀ ਆ ਵੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਹ ਸੈਕਸੁਅਲ ਕੰਟੈਂਟ ਵਾਲੀਆਂ ਕਿਤਾਬਾਂ ਲਾਇਬ੍ਰੇਰੀਜ਼ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਦੂਜੇ ਜਿਹੜੇ ਉਹ ਕਹਿੰਦੇ ਵੀ ਨਹੀਂ, ਇਹਦੇ 'ਚ ਇਤਰਾਜ਼ ਕੋਈ ਨਹੀਂ ਹੋਣਾ ਚਾਹੀਦਾ, ਅਤੇ ਹੁਣ ਕਾਨੂੰਨ ਦੇ ਅਨੁਸਾਰ ਉਹਨਾਂ ਕਿਤਾਬਾਂ ਨੂੰ ਉੱਥੋਂ ਹਟਾਇਆ ਜਾ ਰਿਹਾ। ਸਕੂਲ ਬੁੱਕ ਚੈਲੇਂਜਸ 2021 ਦੇ ਵਿੱਚ ਰੌਲਾ ਬਹੁਤ ਪਿਆ ਸੀ, ਅਤੇ ਇਹ ਇਸਕੈਂਬੀਆ ਕਾਊਂਟੀ ਦੇ ਵਿੱਚ ਇੱਕ ਜਿਹੜਾ ਮਤਲਬ ਇਹ ਜਿਹੜਾ ਗਰਾਊਂਡ ਜ਼ੀਰੋ ਬਣ ਗਿਆ ਸੀ ਬੁੱਕ ਰਿਮੂਵਲ ਦੇ ਮਾਮਲੇ ਦੇ ਵਿੱਚ, ਖਾਸ ਕਰ ਫਲੋਰੀਡਾ ਸਟੇਟ ਦੇ ਵਿੱਚ ਹੀ, ਅਤੇ ਲਾਸੂਟ ਜਿਹੜਾ ਇਹਨਾਂ ਦੇ ਸਕੂਲ ਬੋਰਡ ਦੇ ਫੈਡਰਲ ਕੋਰਟ ਦੇ ਵਿੱਚ ਖਿਲਾਫ ਕੀਤਾ ਗਿਆ ਸੀ, ਅਤੇ ਉਹ ਟੈਸਟਿੰਗ ਗਰਾਊਂਡ ਬਣ ਗਈ ਸੀ ਜਿਹੜੀ ਫਰੀ ਸਪੀਚ ਐਡਵੋਕੇਟਸ ਵਾਲਿਆਂ ਦੀ, ਅਤੇ ਜਿਹੜੇ ਲੋਕ ਇਸ ਬੁੱਕ ਰਿਸਟ੍ਰਿਕਸ਼ਨ ਦੇ ਵਿਰੋਧ ਦੇ ਵਿੱਚ ਦਲੀਲ ਦੇ ਰਹੇ। ਸੋ ਡਿਕਸ਼ਨਰੀ, ਬੁੱਕਸ ਅਤੇ ਕਿੰਨਾ ਕੁਛ ਹੋਰ ਜਿਹੜਾ ਇੱਕ ਬਹੁਤ ਵੱਡੇ ਪਾਰਟ ਦਾ ਹਿੱਸਾ ਆ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਅਤੇ ਉਹਨਾਂ ਨੂੰ ਇਹਦੇ ਤਹਿਤ ਇਹ ਫਲੋਰੀਡਾ ਦੀ ਜਿਹੜੀ ਇਸਕੈਂਬੀਆ ਕਾਊਂਟੀ ਆ, ਉੱਥੋਂ ਦੇ ਜਿਹੜੇ ਪਬਲਿਕ ਸਕੂਲਸ ਨੇ ਉਹਨਾਂ ਦੀਆਂ ਲਾਇਬ੍ਰੇਰੀਜ਼ ਦੇ ਵਿੱਚੋਂ ਇਹਨਾਂ ਬੁੱਕਸ ਨੂੰ ਇਹ ਕਹਿ ਕੇ ਹਟਾਇਆ ਜਾ ਰਿਹਾ ਵੀ ਉਹਨਾਂ ਦੇ ਵਿੱਚ ਸੈਕਸੁਅਲ ਕੰਟੈਂਟ ਹੈ। ਅਗਲੀ ਗੱਲਬਾਤ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਊਯਾਰਕ ਦੇ ਕੇਸ ਬਾਰੇ। ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਿਵਲ ਫਰੋਡ ਦਾ ਟ੍ਰਾਇਲ ਸ਼ੁਰੂ ਹੋਇਆ, ਅਤੇ ਉਹਦੇ ਵਿੱਚ ਜਿਹੜੇ ਸਟੇਟ ਲਾਇਰ ਹੈਗੇ ਆ, ਉਹਨਾਂ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਨੇ 100 ਮਿਲੀਅਨ ਤੋਂ ਜ਼ਿਆਦਾ ਜਿਹੜਾ ਜਨਰੇਟ ਕੀਤਾ, 100 ਮਿਲੀਅਨ ਤੋਂ ਜ਼ਿਆਦਾ ਡਾਲਰ ਇਕੱਠਾ ਕੀਤਾ ਝੂਠ ਬੋਲ ਕੇ ਆਪਣੀ ਰੀਅਲ ਸਟੇਟ ਅੰਪਾਇਰ ਬਾਰੇ। ਅਟੋਰਨੀ ਜਨਰਲ ਲੈਟੀਟੀਆ ਜੇਮਸ ਨੇ ਕਿਹਾ ਸੀ ਵੀ ਇਹ ਜਿਹੜਾ ਇੰਨੇ ਮਿਲੀਅਨ ਡਾਲਰ ਦਾ ਜਿਹੜਾ ਪਰਮਾਨੈਂਟ ਬੈਨ ਟਰੰਪ ਅਤੇ ਇਹਨਾਂ ਦੇ ਬੇਟੇ ਡੋਨਲਡ ਟਰੰਪ ਜੂਨੀਅਰ ਅਤੇ ਐਰਿਕ ਦੇ ਉੱਤੇ ਲਾਉਣਾ ਚਾਹੀਦਾ, ਵੀ ਇਹ ਕੋਈ ਵੀ ਬਿਜ਼ਨਸ ਨਿਊਯਾਰਕ ਦੇ ਵਿੱਚ ਰਨ ਨਾ ਕਰ ਸਕਣ, ਅਤੇ 5 ਸਾਲ ਦਾ ਜਿਹੜਾ ਕਮਰਸ਼ੀਅਲ ਰੀਅਲ ਸਟੇਟ ਬੈਨ ਇਹਨਾਂ ਦੇ ਉੱਤੇ ਲੱਗਣਾ ਚਾਹੀਦਾ ਟਰੰਪ ਅਤੇ ਟਰੰਪ ਔਰਗਨਾਈਜੇਸ਼ਨ ਦੇ ਉੱਤੇ। ਮੈਨਹਟਨ ਕੋਰਟ ਰੂਮ ਦੇ ਵਿੱਚ ਸ਼ੁਰੂ ਹੋਈ ਸੀ, ਜਿਹਦੇ ਵਿੱਚ ਓਪਨਿੰਗ ਸਟੇਟਮੈਂਟ ਜਿਹੜੀ ਇਹਨਾਂ ਦੀ ਸੀਗੀ, ਇਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਡੋਨਲਡ ਟਰੰਪ ਨੇ ਆਪਣੀ ਜਾਇਦਾਦ ਬਾਰੇ ਝੂਠ ਬੋਲਿਆ, ਅਤੇ ਝੂਠ ਬੋਲ ਕੇ ਇਹ ਮਤਲਬ ਉਹਨਾਂ ਨੇ ਫਾਇਦਾ ਲਿਆ, ਜਿੰਨੀ ਉਹਨਾਂ ਦੀ ਜਾਇਦਾਦ ਹੈਗੀ ਆ ਉਹ ਤੋਂ ਜ਼ਿਆਦਾ ਵਧਾ ਕੇ ਦੱਸੀ। ਉਹ ਵਧਾ ਕੇ ਦੱਸਣ ਦੇ ਨਾਲ ਇੱਕ ਤਾਂ ਉਹਨਾਂ ਨੂੰ ਫਾਇਦਾ ਇਹ ਹੋਇਆ ਵੀ ਉਹਨਾਂ ਨੇ ਇੰਸ਼ੋਰੈਂਸ ਘਟਾ ਲਿਆ ਆਪਣੇ,
ਅਤੇ ਦੂਜਾ ਜਿਹੜਾ ਲੋਨ ਲੈਣਾ ਸੀ ਉਹਦੇ ਉੱਤੇ ਇੰਟਰਸਟ ਰੇਟ ਉਹਨਾਂ ਨੂੰ ਚੰਗਾ ਮਿਲ ਗਿਆ। ਅਤੇ ਇਹਦੇ ਹੁਣ ਜਿਹੜੇ ਕਲੋਜ਼ਿੰਗ ਆਰਗੂਮੈਂਟਸ ਆ ਉਹ ਕੱਲ੍ਹ ਹੋਏ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਹੋਰ ਡਿਟੇਲ ਸਾਹਮਣੇ ਆਊਗੀ। ਅਤੇ ਇੱਥੇ ਜਿਹੜਾ ਬਿਜ਼ਨਸ ਫਰੋਡ ਸੀਗਾ ਡੋਨਲਡ ਟਰੰਪ ਵਾਲਾ, ਇਹਨਾਂ ਨੇ ਜਿਹੜੀ ਫਾਈਨਲ ਸੀਗੀਆਂ ਜੱਜਸ ਦੀ, ਇਹਨਾਂ ਨੇ ਬਹੁਤ ਲੰਬਾ ਇੱਕ ਦਿਨ ਅਤੇ ਕੱਲ੍ਹ ਜਿਹੜਾ ਸਾਰਾ ਕੁਛ ਹੋਇਆ ਉਹਦੇ ਤੋਂ ਬਾਅਦ ਨਿਊਯਾਰਕ ਸੁਪਰੀਮ ਕੋਰਟ ਦੇ ਜਸਟਿਸ ਆਰਥਰ ਲਿੰਕਟਨ ਜਿਹੜੇ ਕਿ ਉਹਨਾਂ ਦੇ ਸਟਾਫ ਦੇ ਵਿੱਚ ਸੀਗੇ, ਜਿਹਨਾਂ ਨੂੰ ਉਹ ਲੋਕ ਔਰ ਜਿਹੜੇ ਇਹ ਜੱਜ ਜਿਹੜੇ ਇਸ ਕੇਸ ਦਾ ਫੈਸਲਾ ਕਰਨਾ ਜਿਹੜੇ ਸੁਣ ਰਹੇ ਆ, ਉਹਨਾਂ ਨੂੰ ਧਮਕੀਆਂ ਮਿਲੀਆਂ ਪਿਛਲੇ ਸਮੇਂ ਦੇ ਵਿੱਚ ਇਸ ਕੇਸ ਦੇ ਮਾਮਲੇ ਦੇ ਵਿੱਚ ਵੀ ਜੇ ਨਾ ਹੁਣ ਇਸ ਕੇਸ ਨੇ ਇੱਕ ਤਰੀਕੇ ਦੇ ਨਾਲ ਡੋਨਲਡ ਟਰੰਪ ਦਾ ਫਿਊਚਰ ਵੀ ਡਿਸਾਈਡ ਕਰਨਾ ਆ। ਅਤੇ ਜਿਹੜੀ ਲੀਗਲ ਟੀਮ ਆ ਉਹ ਇਹਨੂੰ ਜੱਜਮੈਂਟ ਨੂੰ ਇਹਨਾਂ ਦੇ ਟ੍ਰਾਇਲ ਤੋਂ ਪਹਿਲਾਂ ਅਪੀਲ ਕਰਨ ਬਾਰੇ ਵੀ ਗੱਲਬਾਤ ਚੱਲੀ ਆ। ਅਤੇ ਪਰ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਇਹਦੇ ਨਾਲ ਅਮਰੀਕਾ ਦੇ ਰਾਜਨੀਤਿਕ ਦ੍ਰਿਸ਼ ਦੇ ਉੱਤੇ ਵੀ ਅਸਰ ਪੈਣਾ ਆ। ਸੋ ਇਹਦੇ ਹੁਣ ਜਿਹੜੇ ਕਲੋਜ਼ਿੰਗ ਆਰਗੂਮੈਂਟਸ ਹੋਏ ਆ ਅਤੇ ਜਿਹੜੀ ਜਿਹੜੇ ਵਿੱਚ ਕਿ ਡੋਨਲਡ ਟਰੰਪ ਜੂਨੀਅਰ ਅਤੇ ਐਰਿਕ ਟਰੰਪ ਆ ਉਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਇਨਵੋਲਵ ਇਹਦੇ ਵਿੱਚ ਕੀਤਾ ਗਿਆ। ਇੱਥੇ ਵੀ ਗੱਲ ਮਹੱਤਵਪੂਰਨ ਆ ਕਿ ਦੋਵਾਂ ਰਾਸ਼ਟਰਪਤੀਆਂ ਦੇ ਬੇਟੇ ਇਹਨਾਂ ਰੌਲਿਆਂ ਗੋਲਿਆਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ, ਜਿਹੜੇ ਜੋ ਬਾਈਡਨ ਉਹਨਾਂ ਦੇ ਬੇਟੇ ਹੰਟਰ ਬਾਈਡਨ ਦਾ ਨਾਂ ਵੀ ਇੱਕ ਕੇਸ ਦੇ ਵਿੱਚ ਆਉਂਦਾ ਜਿੱਥੇ ਕਿ ਉਹਨਾਂ ਨੂੰ ਕਿਹਾ ਗਿਆ ਕਿ ਬਿਜ਼ਨਸ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਦਾ ਨਾਂ ਵਰਤ ਕੇ ਫਾਇਦਾ ਲਿਆ। ਇੱਧਰ ਡੋਨਲਡ ਟਰੰਪ ਦੇ ਪਰਿਵਾਰਕ ਮੈਂਬਰਾਂ ਦਾ ਨਾਂ ਡੋਨਲਡ ਟਰੰਪ ਜੂਨੀਅਰ ਦਾ ਇਸ ਕਰਕੇ ਆ ਰਿਹਾ ਵੀ ਜਿਹੜਾ ਨਿਊਯਾਰਕ ਸੁਪਰੀਮ ਕੋਰਟ ਦੇ ਵਿੱਚ ਇਹ ਫਾਈਲ ਕੀਤਾ ਆ ਫਰੋਡ ਦਾ ਕਿ ਉਹਨਾਂ ਨੇ ਆਪਣੀ ਪ੍ਰੋਪਰਟੀ ਵਧਾ ਚੜ੍ਹਾ ਕੇ ਦੱਸੀ ਆ, ਉਹਦੇ ਵਿੱਚ ਉਹ ਸਿੱਧੇ ਤੌਰ 'ਤੇ ਇਨਵੋਲਵ ਆ। ਨਿਊਯਾਰਕ ਸੁਪਰੀਮ ਕੋਰਟ ਦੇ ਜਸਟਿਸ ਆਰਥਰ ਐਂਗਰਨ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹੀ ਮੰਨਿਆ ਜਾ ਰਿਹਾ ਕਿ ਬੰਬ ਦੀ ਧਮਕੀ ਮਿਲੀ ਹੈ ਇਹਨਾਂ ਦੇ ਲੌਂਗ ਆਈਲੈਂਡ ਘਰ ਦੇ ਉੱਤੇ ਆ ਕੱਲ੍ਹ ਵੀਰਵਾਰ ਨੂੰ, ਔਰ ਕੁਛ ਘੰਟੇ ਪਹਿਲਾਂ ਜਦੋਂ ਇਹਨਾਂ ਦੇ ਕਲੋਜ਼ਿੰਗ ਆਰਗੂਮੈਂਟ ਸ਼ੁਰੂ ਹੋਣੇ ਸੀ $370 million ਦੇ ਲਾਸੂਟ ਫਰਾਡ ਟ੍ਰਾਇਲ ਦੇ ਵਿੱਚ ਡੋਨਲਡ ਟਰੰਪ ਦੇ ਵਿਰੋਧ ਦੇ ਵਿੱਚ। ਮਤਲਬ ਜੱਜਾਂ ਨੂੰ ਵੀ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜਾ ਇਹਦਾ ਫੈਸਲਾ ਆ ਉਹ ਡੋਨਲਡ ਟਰੰਪ ਦੇ ਕੈਰੀਅਰ ਦੇ ਉੱਤੇ ਅਤੇ ਅਮਰੀਕਾ ਦੀ ਰਾਜਨੀਤੀ ਉੱਤੇ ਕਿੰਨਾ ਕੁ ਅਸਰ ਪਾਉਂਦਾ ਦੇਖਣ ਵਾਲੀ ਗੱਲ ਹੋਊਗੀ। ਪਲਾਸਟਿਕ ਦੇ ਉੱਤੇ ਬੈਨ ਕਰਨ ਦੀਆਂ ਗੱਲਾਂ ਬਾਤਾਂ ਬਹੁਤ ਲੰਬੇ ਸਮੇਂ ਤੋਂ ਚੱਲ ਰਹੀਆਂ। ਜਿਹੜੇ ਦੱਸਿਆ ਜਾ ਰਿਹਾ ਕਿ ਮਾਈਕਰੋ ਪਲਾਸਟਿਕ ਇੰਨਾ ਜ਼ਿਆਦਾ ਸਾਡੇ ਅੰਦਰ ਜਾ ਚੁੱਕਿਆ ਆ ਕਿ 1 ਲੀਟਰ ਜੇ ਕੋਈ ਪਾਣੀ ਪੀਂਦਾ ਉਹਦੇ ਵਿੱਚ ਵੀ 2,40,000 ਮਾਈਕਰੋ ਪਲਾਸਟਿਕ ਪਾਰਟੀਕਲਸ ਹੁੰਦੇ ਆ। ਬਹੁਤ ਛੋਟੇ ਛੋਟੇ ਬਰੀਕ ਜਿਹੇ ਕਣ ਪਲਾਸਟਿਕ ਦੇ ਹੁੰਦੇ ਆ, ਬਰੀਕ ਕਣ ਇੰਨੇ ਕੁ ਬਰੀਕ ਕਿ ਜਿਹੜਾ ਵਾਲ ਆ ਇਹਦੇ ਤੋਂ ਵੀ 37 ਗੁਣਾ ਘੱਟ ਚੌੜੇ ਜਿਹੜੇ ਹੈਗੇ ਆ। ਅਤੇ ਹੁਣ ਲੋਕ ਜਿਹੜੇ ਕਹਿੰਦੇ ਵੀ ਪਲਾਸਟਿਕ ਨੂੰ ਖਤਮ ਕਰ ਦੇਣਾ ਚਾਹੀਦਾ, ਆਪਾਂ ਦੇਖਦੇ ਹਾਂ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਹੀ ਖਤਮ ਕਰਦਾ ਹਾਂ, ਉਹਦੀ ਵਰਤੋਂ ਨਹੀਂ ਕਰ ਰਹੇ। ਇੱਕ ਹੋਰ ਨਵੀਂ ਰਿਪੋਰਟ ਸਾਹਮਣੇ ਆਈ ਹੈ, ਉਹਦੇ 'ਚ ਇਹ ਪਤਾ ਲੱਗਿਆ ਕਿ ਜਿਹੜੀਆਂ ਅਸੀਂ ਬਹੁਤ ਬਰੀਕ ਬਰੀਕ ਸ਼ੀਟਸ ਯੂਜ਼ ਕਰਦੇ ਹਾਂ ਜਿਹੜੇ ਲਾਂਡਰੀ ਡਿਟਰਜੈਂਟ ਦੇ ਵਿੱਚ, ਉਹਦੇ ਵਿੱਚ ਵੀ ਇਹ ਪਲਾਸਟਿਕ ਦੇ ਪਾਰਟੀਕਲ ਆ। ਲਾਂਡਰੀ ਦੇ ਵਿੱਚ ਆਮ ਤੌਰ 'ਤੇ ਲਿਕਡ ਯੂਜ਼ ਕੀਤਾ ਜਾਂਦਾ, ਜਿਹੜਾ ਤਰਲ ਪਦਾਰਥ ਹੁੰਦਾ ਆਪਾਂ ਮਸ਼ੀਨ ਦੇ ਵਿੱਚ ਪਾਉਂਦੇ ਕੱਪੜੇ ਧੋਣ ਵਾਲੀ ਦੇ, ਜਾਂ ਪਾਊਚ ਜੇ ਹੁੰਦੇ ਆ, ਐਸੇ ਤਰੀਕੇ ਦੇ ਨਾਲ ਸ਼ੀਟਸ ਹੁੰਦੀਆਂ ਕੁਛ ਪਲਾਸਟਿਕ ਦੀਆਂ, ਉਹ ਸ਼ੀਟ ਨੂੰ ਲਾਂਡਰੀ ਮਸ਼ੀਨ ਦੇ ਵਿੱਚ ਆਪਾਂ ਸੁੱਟ ਦਿੰਦੇ ਹਾਂ ਅਤੇ ਕੱਪੜੇ ਧੋਤੇ ਜਾਂਦੇ, ਉਹ ਡਿਟਰਜੈਂਟ ਆ। ਉਹ ਕਹਿੰਦੇ ਉਹਦੇ ਵਿੱਚ ਵੀ ਪਲਾਸਟਿਕ ਆ ਜਿਹੜੀ ਸਾਡੀ ਫੂਡ ਚੇਨ ਦੇ ਵਿੱਚ ਜਾਂ ਇੱਧਰ ਉੱਧਰ ਆ ਰਹੀ ਆ, ਜਿਹੜੇ ਜਿਹਦੇ ਵਿੱਚ ਇਹ ਜਿਹੜੇ ਪਾਏ ਜਾਂਦੇ ਆ, ਔਰ ਉਹ ਜਿਹੜੇ ਹੈਗੇ ਆ ਉਹ ਆਪਣੇ ਆਪ ਦੇ ਵਿੱਚ ਵਾਤਾਵਰਨ ਦੇ ਉੱਤੇ ਮਾੜਾ ਅਸਰ ਪਾ ਰਹੇ ਆ। ਅਤੇ ਇਹਦੇ ਤੋਂ ਹੁਣ ਕਿੱਦਾਂ ਬਚਿਆ ਜਾਵੇ ਕਿ ਪਹਿਲਾਂ ਹੀ ਜਿਹੜੀਆਂ ਇੰਨੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਇੱਥੇ ਵਾਤਾਵਰਨ ਦੇ ਵਿੱਚ ਇੰਨਾ ਕੁਛ ਪਾ ਰਹੀਆਂ ਸੀ, ਅਤੇ ਹੁਣ ਜਿਹੜਾ ਇਹ ਜਿਹੜਾ ਇਨਗਰੀਡੀਐਂਟਸ ਨੇ ਇਹਦੇ ਵਿੱਚ ਨਾ ਸ਼ੀਟਸ ਦੇ ਵਿੱਚ, ਉਹ ਦੱਸਦੇ ਪੋਲੀਵਨਾਈਲ ਅਲਕੋਹਲ ਆ, ਇੱਕ ਪਲਾਸਟਿਕ ਆ ਜਿਹਨੂੰ PVA ਕਹਿੰਦੇ ਜਾਂ PVOH ਕਿਹਾ ਜਾਂਦਾ ਆ,
ਕਿ ਉਹ ਜਿਹੜੀ ਪਲਾਸਟਿਕ ਦੀ ਸ਼ੀਟ ਆ ਉਹਦੇ ਵਿੱਚ ਪੋਲੀਵਿਨਾਈਲ ਅਲਕੋਹਲ ਜਿਹੜੀ ਕਿ ਇੱਕ ਪਲਾਸਟਿਕ ਜਿਹਨੂੰ ਪੀ ਵੀ ਏ ਜਾਂ ਪੀ ਵੀ ਓ ਐੱਚ ਕਰਕੇ ਜਾਣਿਆ ਜਾਂਦਾ ਆ ਅਤੇ ਇਹ ਜਿਹੜੀ ਬ੍ਰੈਂਡ ਲੌਂਡਰੀ ਦੇ ਵਿੱਚ ਲੌਂਡਰੀ ਸ਼ੀਟਸ ਪਾਈਆਂ ਜਾ ਰਹੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਆ ਜਿਨ੍ਹਾਂ ਦੇ ਵਿੱਚ ਅਰਥ ਬਰੀਜ਼ ਜਿਹਨਾਂ ਵਿੱਚ ਪੀ ਵੀ ਏ ਆ ਅਤੇ ਮੈਨੂਫੈਕਚਰ ਕਹਿੰਦੇ ਆ ਕਿ ਇਹਨੂੰ ਜਿਹੜਾ ਵੱਖਰੀ ਤਰ੍ਹਾਂ ਦੇ ਨਾਲ ਦੇਖਦੇ ਆ ਕੁਛ ਮਾਰਕੀਟ ਦੇ ਵਿੱਚ ਇਹਨਾਂ ਪ੍ਰੋਡਕਟਾਂ ਨੂੰ ਪਲਾਸਟਿਕ ਫਰੀ ਵੀ ਕਿਹਾ ਜਾਂਦਾ ਆ ਭਾਵੇਂ ਕਿ ਇਹਨਾਂ ਦੇ ਵਿੱਚ ਜਿਹੜੀ ਆਲ ਡਰਾਈ ਪਲਾਸਟਿਕਸ ਹੈਗੀ ਆ ਸਾਇੰਟਿਸਟ ਅਤੇ ਇਹਦੇ ਨਾਲ ਜਿਹੜੀਆਂ ਰੈਗੂਲੇਟਰੀ ਏਜੰਸੀਜ਼ ਨੇ ਜਿੱਦਾਂ ਕਿ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਆ ਇਹਨਾਂ ਨੇ ਪੀ ਵੀ ਏ ਨੂੰ ਮਤਲਬ ਕੰਸਿਡਰ ਕੀਤਾ ਆ ਕਿ ਇਹ ਪਾਣੀ ਦੇ ਵਿੱਚ ਘੁਲ ਕੇ ਜਿਹੜਾ ਬਾਇਓਡੀਗ੍ਰੇਡ ਕਰਦਾ ਅਤੇ ਸਹੀ ਹਾਲਤਾਂ ਦੇ ਵਿੱਚ ਹਿਊਮਨਸ ਦੇ ਲਈ ਜਾਂ ਇਨਵਾਇਰਮੈਂਟ ਦੇ ਲਈ ਕਿੰਨਾ ਕੁ ਸੇਫ ਹੈਗਾ ਜਾਂ ਕਿੰਨਾ ਕੁ ਸੇਫ ਨਹੀਂ ਹੈ। ਬਹੁਤ ਸਾਰੀਆਂ ਸਟੱਡੀਜ਼ ਇਹਦੇ ਉੱਤੇ ਆ ਰਹੀਆਂ ਪਰ ਇੱਕ ਚਿੰਤਾ ਵਾਲੀ ਗੱਲ ਆ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਜਿੰਨੇ ਯਤਨ ਕੀਤੇ ਜਾ ਰਹੇ ਆ ਉਹਦੇ ਬਰਾਬਰ ਹੀ ਨਵੀਆਂ ਨਵੀਆਂ ਰਿਪੋਰਟਸ ਸਾਹਮਣੇ ਆ ਰਹੀਆਂ ਜਿਹਦੇ ਤੋਂ ਪਤਾ ਲੱਗਦਾ ਕਿ ਵੱਖਰੇ ਵੱਖਰੀਆਂ ਥਾਵਾਂ ਦੇ ਉੱਤੇ ਜਿਹੜੇ ਨਵੀਂ ਕਿਸਮ ਦਾ ਪੋਲਿਊਸ਼ਨ ਆ ਉਹ ਕਿਸ ਤਰੀਕੇ ਦੇ ਨਾਲ ਸਾਡੇ ਆਲੇ ਦੁਆਲੇ ਅਸਰ ਪਾ ਰਿਹਾ ਚਾਹੇ ਉਹ ਪਲਾਸਟਿਕ ਹੈ ਜਾਂ ਬੇਸ਼ੱਕ ਦੂਜੀਆਂ ਹੋਰ ਚੀਜ਼ਾਂ। ਅਗਲੀ ਖਬਰ ਦੋਸਤੋ, 15 ਸਟੇਟਾਂ ਦੇ 8 ਮਿਲੀਅਨ ਬੱਚੇ ਮਤਲਬ 8 ਮਿਲੀਅਨ ਤੋਂ ਜ਼ਿਆਦਾ ਇਹਨਾਂ 15 ਸਟੇਟਾਂ ਦੇ ਵਿੱਚ ਬੱਚੇ ਜਿਹੜੇ ਸਾਰੇ ਰਿਪਬਲਿਕਨ ਗਵਰਨਰਸ ਦੁਆਰਾ ਲੈਡ ਕੀਤੀਆਂ ਜਾ ਰਹੀਆਂ ਉਹਨਾਂ ਦੇ ਵਿੱਚ ਜਿਹੜਾ ਨਵਾਂ ਇੱਕ ਫੈਡਰਲ ਫੂਡ ਅਸਿਸਟੈਂਸ ਪ੍ਰੋਗਰਾਮ ਆ ਜਿਹਦੇ ਨਾਲ ਹੈਲਪ ਕੀਤੀ ਜਾਣੀ ਆ ਲੋੜਵੰਦ ਪਰਿਵਾਰਾਂ ਦੀ ਆ ਸਮਰ ਦੇ ਮਹੀਨਿਆਂ ਦੇ ਵਿੱਚ ਉਹਦਾ ਅਸਰ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਪ੍ਰੋਗਰਾਮ ਦੇ ਉੱਤੇ ਆ ਸਮਰ ਦੇ ਵਿੱਚ ਅਸਰ ਪੈ ਸਕਦਾ। ਸਮਰ ਦੇ ਵਿੱਚ ਸ਼ੁਰੂ ਹੋਣਾ ਨਵਾਂ ਪ੍ਰੋਗਰਾਮ ਜਿਹਦੇ ਨਾਲ ਲੋ ਇਨਕਮ ਫੈਮਿਲੀਜ਼ ਨੂੰ $120 ਤੱਕ ਹਰ ਇੱਕ ਐਲੀਜੀਬਲ ਬੱਚੇ ਦੇ ਹਿਸਾਬ ਨਾਲ ਮਿਲਣੇ ਆ ਅਤੇ ਜਿਹਨੂੰ ਯੂਜ਼ ਕੀਤਾ ਜਾ ਸਕਦਾ ਆਪਣੇ ਗਰੋਸਰੀ ਸਟੋਰਸ ਜਾਂ ਫਾਰਮਰਸ ਤੋਂ ਮਾਰਕੀਟ ਦੇ ਵਿੱਚ ਜਾਂ ਦੂਜੀਆਂ ਜਿਹੜੀਆਂ ਅਪਰੂਵਡ ਰਿਟੇਲਰ ਆ ਉਹਨਾਂ ਦੇ ਕੋਲੋਂ ਅਸਿਸਟੈਂਸ ਜਿੱਦਾਂ ਚਿਰ ਸਕੂਲ ਦੇ ਵਿੱਚ ਵੇਲੇ ਨਹੀਂ ਹੁੰਦੀ ਉਹਨੂੰ ਖਰੀਦਿਆ ਜਾ ਸਕਦਾ। ਜਿਹੜੀ ਡੈਡਲਾਈਨ ਇਹਨਾਂ ਸਟੇਟਸ ਦੇ ਵਿੱਚ ਆ ਕਿ ਆਪਟ ਕਰਨਾ ਪ੍ਰੋਗਰਾਮ ਦੇ ਲਈ ਜਿਹਨੂੰ ਫਿਰ ਅਪਰੂਵ ਕਰਨਾ ਕਾਂਗਰਸ ਨੇ ਜਿਹੜੀ ਬਾਈਪਾਰਟੀਸ਼ਨ ਸਪੋਰਟ ਦੇ ਨਾਲ ਜਨਵਰੀ ਤੱਕ ਅਤੇ ਇਸ ਹਫਤੇ ਦੇ ਵਿੱਚ ਜਿਹੜੀ ਫੈਡਰਲ ਐਗਰੀਕਲਚਰ ਡਿਪਾਰਟਮੈਂਟ ਆ ਉਹਨਾਂ ਨੇ ਅਨਾਊਂਸ ਕੀਤਾ ਕਿ 35 ਸਟੇਟਸ ਸਾਰੀਆਂ ਜਿਹੜੀਆਂ ਔਰ ਸਾਰੀਆਂ 5 US ਟੈਰੀਟਰੀ ਅਤੇ 4 ਜਿਹੜੀਆਂ ਟ੍ਰਾਈਬਲ ਨੇਸ਼ਨਸ ਨੇ ਜਿਹੜੀਆਂ ਬਹੁਤੀਆਂ ਓਕਲਾਹਾਮਾ ਦੇ ਵਿੱਚ ਆ ਉਹਨਾਂ ਨੇ ਸਾਈਨ ਅਪ ਕੀਤਾ ਇਸ ਪ੍ਰੋਗਰਾਮ ਦੇ ਲਈ ਜਿਹਦੇ ਨਾਲ ਟੋਟਲ 2.5 ਬਿਲੀਅਨ ਫੈਡਰਲ ਫੰਡ ਪ੍ਰੋਵਾਈਡ ਕੀਤੇ ਜਾਣੇ ਆ ਲਗਭਗ 21 ਮਿਲੀਅਨ ਬੱਚਿਆਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਹੜੇ ਪਹਿਲਾਂ ਕੁਆਲੀਫਾਈ ਕਰਦੇ ਆ ਫਰੀ ਜਾਂ ਰਿਡਿਊਸਡ ਪ੍ਰਾਈਸ ਲੰਚ ਦੇ ਲਈ। 35 ਸਟੇਟਾਂ ਸਾਰੀਆਂ ਜਿਹੜੀਆਂ 35 ਸਟੇਟਾਂ ਜਿਹੜੀਆਂ ਲੀਡ ਕੀਤੀਆਂ ਜਾ ਰਹੀਆਂ ਡੈਮੋਕ੍ਰੈਟਸ ਗਵਰਨਰ ਦੁਆਰਾ ਅਤੇ 1 ਦਰਜਨ ਦੇ ਕਰੀਬ ਜਿਹੜੀਆਂ ਨੂੰ ਲੀਡ ਕੀਤਾ ਜਾ ਰਿਹਾ ਰਿਪਬਲਿਕਨ ਗਵਰਨਰਸ ਦੁਆਰਾ ਸਾਰੇ ਪਾਰਟਸ ਦੇ ਵਿੱਚੋਂ ਦੇਸ਼ ਦੇ ਵਿੱਚੋਂ ਪਰ 15 ਉਹ ਰਿਪਬਲਿਕਨ ਸਟੇਟਸ ਜਿਹੜੀਆਂ ਨੇ ਉਹ ਇਹਨੂੰ ਨੋ ਕਹਿ ਰਹੀਆਂ। ਕੁਛ ਇਹਨਾਂ ਦੇ ਗਵਰਨਰ ਜਿਹੜੇ ਨੇ ਉਹਨਾਂ ਨੇ ਕੰਸਰਨ ਆਪਣੇ ਇਸ ਪ੍ਰੋਗਰਾਮ ਦੇ ਨਾਲ ਇਹਦੇ ਜਿਹੜੇ ਮਕੈਨਿਕਸ ਅਤੇ ਐਡਮਿਨਿਸਟ੍ਰੇਟਿਵ ਕੋਸਟ ਦੇ ਕੁਛ ਜਿਹੜੀਆਂ ਇੰਡੀਕੇਸ਼ਨ ਦਿੱਤੀਆਂ ਆ ਕਿ ਉਹਨਾਂ ਦੇ ਕੋਲ ਆਈਡੀਓਲੋਜੀਕਲ ਓਬਜੈਕਸ਼ਨ ਆ ਕਿ ਇਹਦੇ ਵਿੱਚ ਫੇਥ ਨਹੀਂ ਹੈ ਇਸ ਫੈਡਰਲ ਸਰਕਾਰ ਦੇ ਵਿੱਚ ਕਿ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਅਤੇ ਕਾਂਗਰਸ
ਚਾਹੁੰਦੀ ਆ ਸੱਚਮੁੱਚ ਆਪਣੀ ਇਹਨਾਂ ਪਰਿਵਾਰਾਂ ਦੇ ਨਾਲ ਕਮਿਟਮੈਂਟ ਕਰਨੀ, ਤਾਂ ਉਹਨਾਂ ਨੂੰ ਜਿਹੜੇ ਪਹਿਲਾਂ ਚੱਲ ਰਹੇ ਪ੍ਰੋਗਰਾਮ ਆ ਉਹਨਾਂ ਚੱਲ ਰਹੇ ਪ੍ਰੋਗਰਾਮਾਂ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ, ਉਹਨਾਂ ਦੇ ਇਨਫਰਾਸਟ੍ਰਕਚਰ ਦੇ ਵਿੱਚ ਕਰਨਾ ਚਾਹੀਦਾ ਸਟੇਟ ਲੈਵਲ ਦੇ ਉੱਤੇ। ਅਤੇ ਉਹ ਕਹਿੰਦੇ ਸਾਨੂੰ ਸਟੇਟਸ ਨੂੰ ਫਲੈਕਸੀਬਿਲਿਟੀ ਦੇਣੀ ਚਾਹੀਦੀ ਆ ਤਾਂ ਕਿ ਅਸੀਂ ਉਹਨਾਂ ਨੂੰ ਸਟੇਟ ਦੀਆਂ ਲੋੜਾਂ ਅਨੁਸਾਰ ਚਲਾ ਸਕੀਏ। ਜਿਹੜੇ ਗਵਰਨਰ ਕਿਮ ਰੇਨੋਲਡਸ ਨੇ ਇਓਵਾ ਦੇ, ਉਹਨਾਂ ਨੇ ਇਹ ਸਟੇਟਮੈਂਟ ਪਿਛਲੇ ਮਹੀਨੇ ਦਿੱਤੀ ਸੀ। ਸੋ ਇੱਕ ਪਾਸੇ ਪ੍ਰੋਗਰਾਮ ਨਵਾਂ ਚਲਾਇਆ ਜਾ ਰਿਹਾ, ਦੂਜੇ ਪਾਸੇ ਕਿਹਾ ਜਾ ਰਿਹਾ ਕਿ ਜਿਹੜੇ ਪਹਿਲਾਂ ਚੱਲ ਰਹੇ ਪ੍ਰੋਗਰਾਮ ਉਹਦੇ ਵਿੱਚ ਹੀ ਸਾਨੂੰ ਮਦਦ ਦੇਣੀ ਚਾਹੀਦੀ ਹੈ ਤਾਂ ਕਿ ਅਸਲ ਮਾਇਨਿਆਂ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਜਾ ਸਕੇ। ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਅਤੇ ਸੋਮਵਾਰ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ।